ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ। 329 ਸੈਂਪਲਾਂ ਦੀ ਸਾਡੇ ਕੋਲ ਰਿਪੋਰਟ ਆ ਚੁੱਕੀ ਹੈ। 329 ਸੈਂਪਲਾਂ 'ਚੋਂ 322 ਸੈਂਪਲ ਜਿਹੜੇ ਹੈਗੇ ਉਹ ਨੈਗੇਟਿਵ ਪਾਏ ਗਏ ਨੇ। 7 ਸੈਂਪਲ ਜਿਹੜੇ ਸੀਗੇ ਉਹ ਪੋਜ਼ਿਟਿਵ ਪਾਏ ਗਏ ਨੇ, ਜਿਨ੍ਹਾਂ ਵਿੱਚੋਂ ਇੱਕ ਜਲੰਧਰ ਨਾਲ ਸੰਬੰਧਿਤ ਹੈ। ਇਹ 7 ਜਿਹੜੇ ਕੇਸ ਹੈਗੇ ਇਹਨਾਂ ਵਿੱਚੋਂ ਇੱਕ ਕੇਸ ਜਿਹੜਾ ਹੈਗਾ ਉਹ ਕੱਲ੍ਹ ਰਾਤ ਨੂੰ ਹੀ ਕਨਫਰਮ ਹੋਇਆ ਸੀਗਾ। ਕੋਈ ਜਗਰਾਓ ਏਰੀਆ ਹੈਗਾ, ਉੱਥੋਂ ਇੱਕ ਪੇਸ਼ੈਂਟ, ਇੱਕ ਵਿਅਕਤੀ ਹੈਗਾ ਜੋ ਕਿ ਕੱਲ੍ਹ ਦੇ ਟੈਸਟ ਵਿੱਚ ਪੋਜ਼ਿਟਿਵ ਆਇਆ ਹੈ। ਔਰ ਜਿਵੇਂ ਸਾਡਾ ਹੈਲਥ ਪ੍ਰੋਟੋਕੋਲ ਹੈਗਾ ਉਹਦੇ ਮੁਤਾਬਕ ਉਹਨਾਂ ਦੇ ਜਿਹੜੇ ਕਲੋਜ਼ ਕੋਂਟੈਕਟਸ ਹੈਗੇ, ਫੈਮਿਲੀ ਮੈਂਬਰਸ ਹੈਗੇ, ਉਹਨਾਂ ਦੀ ਟਰੇਸਿੰਗ ਕੀਤੀ ਜਾ ਰਹੀ ਹੈ, ਉਹਨਾਂ ਦੀ ਵੀ ਸੈਂਪਲਿੰਗ ਜਿਹੜੀ ਹੈਗੀ ਉਹ ਕੀਤੀ ਜਾ ਰਹੀ ਹੈ। ਇਹ ਤਕਰੀਬਨ ਸਾਰੇ ਜਮਾਤੀ ਜਿਹੜੇ ਵੀ ਸੀਗੇ ਉਹ ਅਸੀਂ ਉਹਨਾਂ ਨੂੰ ਟਰੇਸ ਕਰ ਲਿਆ ਹੈਗਾ। ਉਹਨਾਂ ਵਿੱਚੋਂ 2 ਹਾਲੇ ਤੱਕ ਪੋਜ਼ਿਟਿਵ ਪਾਏ ਗਏ ਨੇ ਔਰ ਬਾਕੀਆਂ ਦੀ ਰਿਪੋਰਟ ਜਾਂ ਤਾਂ ਆਉਣ ਵਾਲੀ ਪੈਂਡਿੰਗ ਹੈਗੀ ਜਾਂ ਫਿਰ ਨੈਗੇਟਿਵ ਹੋ ਚੁੱਕੀ ਹੈ। ਦੇਖੀ ਇਹ ਤਾਂ ਬਿਲਕੁਲ ਹੀ ਨੋਨ ਫੈਕਟ ਹੈਗਾ ਕਿ ਪੰਜਾਬ ਦੀ ਜਿਹੜੀ ਇਕੋਨਮੀ ਹੈਗੀ ਉਹ ਪੂਰੀ ਦੀ ਪੂਰੀ ਐਗਰੀਕਲਚਰ ਦਾ ਬਹੁਤ ਜ਼ਿਆਦਾ ਉਸਦੇ ਵਿੱਚ ਇੰਪੋਰਟੈਂਸ ਹੈਗਾ। ਔਰ ਜਿਹੜਾ ਅਪ੍ਰੈਲ ਦਾ ਮਹੀਨਾ ਹੁੰਦਾ ਹੈ ਸਾਡਾ, ਉਹ ਕਣਕ ਤਿਆਰ ਹੋ ਜਾਂਦੀ ਹੈ ਔਰ ਉਹ ਸਾਰੀ ਦੀ ਸਾਰੀ ਕਣਕ ਜਿਹੜੀ ਹੈਗੀ ਉਹ ਮੰਡੀਆਂ ਦੇ ਵਿੱਚ ਆਉਂਦੀ ਹੈ। ਤਾਂ ਇੱਕ ਤਰੀਕੇ ਨਾਲ ਸਾਡੇ ਵਾਸਤੇ ਤਾਂ ਇੱਕ ਫੈਸਟੀਵਲ ਵਰਗਾ ਹੁੰਦਾ ਹੈ, ਬਟ ਚੂੰਕਿ ਇਸ ਵਾਰ ਇੰਨੀ ਵੱਡੀ ਮਹਾਂਮਾਰੀ ਦਾ ਉਹ ਖਦਸਾ ਬਣਿਆ ਹੋਇਆ ਹੈ, ਉਸਦੇ ਕਰਕੇ ਕਾਫੀ ਪ੍ਰੀਕੋਸ਼ਨਸ ਜਿਹੜੇ ਹੈਗੇ ਉਹ ਲੈਣ ਦੀ ਲੋੜ ਹੈਗੀ। ਉਹਦੇ ਵਾਸਤੇ ਹੀ ਅੱਜ ਜਿੰਨੇ ਵੀ ਸਟੇਕ ਹੋਲਡਰਸ ਹੁੰਦੇ ਨੇ, ਸਾਡੀਆਂ ਏਜੰਸੀਆਂ ਹੈਗੀਆਂ, ਖਰੀਦ ਏਜੰਸੀਆਂ, ਆੜ੍ਹਤੀਆ ਜਿਹੜੇ ਹੈਗੇ ਅਤੇ ਹੋਰ ਵੀ ਸਟੇਕ ਹੋਲਡਰਸ ਹੈਗੇ, ਉਹਨਾਂ ਦੇ ਨਾਲ ਅਸੀਂ ਅੱਜ ਮੀਟਿੰਗ ਕੀਤੀ ਹੈ। ਗਵਰਨਮੈਂਟ ਦੇ ਪੱਧਰ 'ਤੇ ਵੀ ਉਪਰਾਲੇ ਕੀਤੇ ਜਾ ਰਹੇ ਹਨ, ਕੁਛ ਸਟਰੈਟਜੀਆਂ ਜਿਹੜੀਆਂ ਹੈਗੀਆਂ ਉਹ ਬਣਾਈਆਂ ਜਾ ਰਹੀਆਂ ਹਨ, ਜਿਸ ਤੋਂ ਕਿ ਅਸੀਂ ਇਹੋ ਜਿਹਾ ਸਿਸਟਮ ਕ੍ਰੀਏਟ ਕਰ ਸਕੀਏ ਕਿ ਵੱਧ ਤੋਂ ਵੱਧ ਅਸੀਂ ਲੋਕਾਂ ਨੂੰ ਇੱਕ ਸਿਸਟਮ ਦੇ ਰਾਹੀਂ ਲੈ ਕੇ ਆਈਏ, ਜਿਸ ਤੋਂ ਕਿ ਕਿਸੇ ਵੀ ਮੰਡੀ ਦੇ ਵਿੱਚ ਭੀੜ ਨਾ ਹੋਵੇ। ਜਿੰਨੇ ਵੀ ਖਰੀਦ ਸੈਂਟਰ ਸਾਡੇ ਹੈਗੇ ਉਹਨਾਂ ਦੀ ਸੰਖਿਆ ਦੇ ਵਿੱਚ ਅਸੀਂ ਇਜਾਫਾ ਕਰ ਸਕੀਏ, ਕੁਛ ਇਹੋ ਜਿਹੇ ਆਲਟਰਨੇਟ ਸਾਈਟਾਂ ਹੈਗੀਆਂ ਉਹਨਾਂ ਨੂੰ ਅਸੀਂ ਯੂਜ਼ ਕਰ ਸਕੀਏ, ਜਿੱਥੇ ਕਿ ਕਣਕ ਦੀ ਜਿਹੜੀ ਹੈਗੀ ਆਮਦ ਕਰਾਈ ਜਾ ਸਕੇ, ਪ੍ਰੋਕਿਊਰਮੈਂਟ ਜਿਹੜੀ ਹੈਗੀ ਉਹ ਕੀਤੀ ਜਾ ਸਕੇ। ਅਤੇ ਨਾਲ ਹੀ ਨਾਲ ਆੜ੍ਹਤੀਆਂ ਨੂੰ ਇਹ ਵੀ ਕਿਹਾ ਗਿਆ ਹੈਗਾ ਕਿ ਉਹਨਾਂ ਦੀ ਕੋਈ ਅਸੀਂ ਲਿਮਿਟ ਫਿਕਸ ਕਰਾਂਗੇ ਕਿ ਬਈ ਤੁਸੀਂ ਇੱਕ ਦਿਨ ਦੇ ਵਿੱਚ ਇੰਨਾ ਹੀ ਮਾਲ ਜਿਹੜਾ ਹੈਗਾ ਉਹ ਆਪਣੇ ਕਿਸਾਨ ਵੀਰਾਂ ਤੋਂ ਮੰਗਵਾਓ। ਔਰ ਇਸਦੇ ਵਾਸਤੇ ਕੋਈ ਪਾਸ ਸਿਸਟਮ ਜਾਂ ਕੁਛ ਇਸ ਤਰ੍ਹਾਂ ਦੀ ਚੀਜ਼ ਡਿਵਲਪ ਕੀਤੀ ਜਾਵੇ ਮਾਰਕੀਟ ਕਮੇਟੀ ਦੇ ਨਾਲ, ਬਾਕੀ ਪ੍ਰੋਕਿਊਰਮੈਂਟ ਏਜੰਸੀ ਦੇ ਨਾਲ, ਕਿ ਇੱਕ ਟਾਈਮ ਦੇ ਵਿੱਚ ਕੁਛ ਲਿਮਿਟਿਡ ਲੋਕ ਹੀ ਜਿਹੜੇ ਹੈਗੇ ਉਹ ਮੰਡੀਆਂ ਦੇ ਵਿੱਚ ਆਪਣਾ ਮਾਲ ਲੈ ਕੇ ਪੁੰਜਣ ਔਰ ਉਹਨਾਂ ਦਾ ਮਾਲ ਜਿਹੜਾ ਹੈਗਾ ਤੁਰੰਤ ਹੀ ਉੱਤੇ ਖਰੀਦ ਵੀ ਹੋ ਜਾਵੇ, ਪੇਮੈਂਟ ਹੋ ਜਾਵੇ ਔਰ ਭਰਿਆ ਜਾ ਸਕੇ। ਇਹਦੇ ਵਾਸਤੇ ਆੜ੍ਹਤੀਆਂ ਨੂੰ ਇਹ ਵੀ ਕਿਹਾ ਗਿਆ ਹੈਗਾ ਕਿ ਜਿਹੜੀ ਉਹਨਾਂ ਦੀ ਲੇਬਰ ਹੈਗੀ ਉਸਨੂੰ ਵੀ ਪ੍ਰੋਪਰਲੀ ਟ੍ਰੇਨਿੰਗ ਵਗੈਰਾ ਜਿਹੜੀ ਹੈਗੀ ਕੋਵਿਡ ਦੇ ਵਾਸਤੇ ਦਿੱਤੀ ਜਾਵੇ, ਕਿ ਉਹਨਾਂ ਨੇ ਆਪਣੇ ਆਪ ਨੂੰ ਮਾਸਕ ਵਗੈਰਾ ਪਹਿਨਣਾ ਹੈ, ਸੋਸ਼ਲ ਡਿਸਟੈਂਸਿੰਗ ਜਿਹੜੀ ਹੈਗੀ ਉਹ ਮੇਨਟੇਨ ਕਰਨੀ ਹੈ, ਹੱਥ ਵਗੈਰਾ ਜਿਹੜੇ ਹੈਗੇ ਉਹ ਲਗਾਤਾਰ ਧੋਏ ਜਾਣਾ ਹੈ। ਕਿਉਂਕਿ ਇਹਦੇ ਵਿੱਚ ਇਹ ਹੈਗਾ ਕਿ ਹਰ ਇੱਕ ਥਾਂ 'ਤੇ ਪੁਲਿਸ ਵੱਲੋਂ ਪ੍ਰੋਪਰ ਆਪਣੀ ਨਫਰੀ ਜਿਹੜੀ ਹੈਗੀ ਉਸਨੂੰ ਲਗਾਇਆ ਗਿਆ ਹੈ, ਇਨਫੋਰਸਮੈਂਟ ਜਿਹੜੀ ਹੈਗੀ ਉਹਨੂੰ ਕਰਾਇਆ ਵੀ ਜਾ ਰਿਹਾ ਹੈਗਾ। ਡੇਲੀ ਬੇਸਿਸ 'ਤੇ ਕਾਫੀ ਬੰਦਿਆਂ ਨੂੰ ਜਿਹੜਾ ਹੈਗਾ ਉੱਥੇ ਫੜਿਆ ਵੀ ਜਾਂਦਾ, ਜਿਹੜੇ ਕਿ ਕਰਫਿਊ ਦੀ ਵਾਇਲੇਸ਼ਨ ਕਰਦੇ ਨੇ ਉਹਨਾਂ ਨੂੰ ਓਪਨ ਜੇਲ੍ਹ ਦੇ ਵਿੱਚ ਵੀ ਲਿਆਉਂਦਾ ਗਿਆ ਹੈ। ਕੁਛ ਇੱਕ FIRs ਵੀ ਜਿਹੜੀਆਂ ਹੈਗੀਆਂ ਉਹ ਲੋਕਾਂ ਦੇ ਖਿਲਾਫ਼ ਕਰਾਈਆਂ ਗਈਆਂ ਹਨ। ਮੈਂ ਸਾਰੇ ਲੋਕਾਂ ਨੂੰ ਇਹੀ ਬੇਨਤੀ ਕਰਨਾ ਚਾਹਾਂਗਾ ਕਿ ਇਹ ਜਿਹੜੀ ਬਿਮਾਰੀ ਹੈਗੀ, ਇਸ ਬਿਮਾਰੀ ਨੂੰ ਲੜਨ ਦਾ ਸਿਰਫ ਔਰ ਸਿਰਫ ਇੱਕੋ ਹੀ ਤਰੀਕਾ ਹੈਗਾ ਕਿ ਅਸੀਂ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰੀਏ ਔਰ ਭੀੜ ਵਾਲੀ ਥਾਂ ਜਿਹੜੀਆਂ ਹੈਗੀਆਂ, ਭੀੜ ਵਾਲੀ ਥਾਵਾਂ ਹੈਗੀਆਂ ਉੱਥੋਂ ਅਵੋਇਡ ਕਰੀਏ। ਇਨਫੈਕਟ ਜੇ ਆਪਾਂ ਵੇਖੀਏ, ਕੁਛ ਦਿਨ ਪਹਿਲਾਂ ਪ੍ਰਾਈਮ ਮਿਨਿਸਟਰ ਸਾਹਿਬ ਨੇ ਵੀ ਜਿਹੜਾ ਸਪੀਚ ਦਿੱਤਾ ਸੀਗਾ ਲੋਕਾਂ ਨੂੰ, ਇਹੀ ਬੇਨਤੀ ਕੀਤੀ ਸੀਗੀ ਰਿਲੀਜੀਅਸ ਪਲੇਸਿਸ ਦੇ ਉੱਤੇ ਵੀ ਕਿ ਇਕੱਠ ਨਾ ਕੀਤਾ ਜਾਵੇ ਔਰ ਘਰਾਂ ਤੋਂ ਹੀ ਆਪਣੀ ਜਿਹੜੀ ਪੂਜਾ ਅਰਚਨਾ ਕਰਨੀ ਹੈਗੀ ਉਹ ਕੀਤੀ ਜਾ ਸਕਦੀ ਹੈ। ਇਕੱਠ ਤੋਂ ਜੇ ਆਪਾਂ ਇਕੱਠ ਕਰਾਂਗੇ ਤਾਂ ਸਾਰੀ ਸਾਰੀ ਜਿੰਨੀ ਵੀ ਐਕਸਰਸਾਈਜ਼ ਹੋ ਰਹੀ ਹੈ, ਲੋਕਡਾਊਨ ਕੀਤਾ ਜਾ ਰਿਹਾ, ਵੱਖ ਵੱਖ ਤਰੀਕੇ ਦੀ ਪਰੇਸ਼ਾਨੀ ਤੁਹਾਨੂੰ ਝੇਲਣੀ ਪੈ ਰਹੀ ਹੈ, ਉਹਦਾ ਕੋਈ ਫਾਇਦਾ ਨਹੀਂ ਰਹਿ ਜਾਊਗਾ ਕਿ ਇੱਕ ਵੀ ਗਲਤੀ ਜਿਹੜੀ ਹੈਗੀ ਉਹ ਸਾਡੀ ਸਾਰੀ ਦੀ ਸਾਰੀ ਮਿਹਨਤ ਜਿਹੜੀ ਹੈਗੀ ਉਹ ਸਾਰੀ ਦੀ ਸਾਰੀ ਮਿਹਨਤ ਨੂੰ ਖਰਾਬ ਕਰ ਸਕਦੀ ਹੈ। ਤਾਂ ਇਹ ਚੀਜ਼ ਜਿਹੜੀ ਹੈਗੀ ਸਾਰਿਆਂ ਦੇ ਦਿਮਾਗ 'ਚ ਹੋਣੀ ਚਾਹੀਦੀ ਹੈ। ਜੇ ਅਸੀਂ ਇੰਨੀ ਜ਼ਿਆਦਾ ਕੁਰਬਾਨੀ ਜਾਂ ਬਲਿਦਾਨ ਦੇ ਰਹੇ ਹਾਂ, ਬਹੁਤ ਸਾਰੀ ਆਪਣੀ ਇੱਛਾਵਾਂ ਨੂੰ ਮਾਰ ਰਹੇ ਹਾਂ, ਤਾਂ ਇੱਕ ਚੀਜ਼ ਗਲਤ ਕਰਨ ਦੇ ਨਾਲ ਅਸੀਂ ਉਹ ਸਾਰੀ ਦੀ ਸਾਰੀ ਮਿਹਨਤ, ਸਾਰੇ ਦੇ ਸਾਰੇ ਬਲਿਦਾਨ ਜਿਹੜੇ ਹੈਗੇ ਉਹ ਸਾਰੇ ਦੇ ਸਾਰੇ ਖਰਾਬ ਹੋ ਸਕਦੇ ਨੇ। ਤਾਂ ਇਹਨਾਂ ਚੀਜ਼ਾਂ ਨੂੰ ਆਪਣੇ ਦਿਮਾਗ 'ਚ ਰੱਖਦੇ ਹੋਏ ਇਸ ਚੀਜ਼ ਦੀ ਮਹੱਤਤਾ ਨੂੰ ਸਮਝੀਏ ਆਪਾਂ, ਕਿ ਆਪਾਂ ਕਿਸੇ ਵੀ ਤਰੀਕੇ ਨਾਲ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲਣਾ ਹੈਗਾ। ਜਦ ਬਹੁਤ ਜ਼ਿਆਦਾ ਅਰਜੈਂਸੀ ਕਿਸੇ ਚੀਜ਼ ਦੀ ਹੈਗੀ, ਜੇ ਕਿਤੇ ਜਾਣਾ ਆਉਣਾ ਹੈਗਾ ਤਾਂ ਉਹਦੇ ਵਾਸਤੇ ਬਾਕਾਇਦਾ ਅਪਲਾਈ ਕਰਦੇ ਹੋਏ, ਈ ਕਰਫਿਊ ਪਾਸ ਵਾਸਤੇ ਅਪਲਾਈ ਕਰਦੇ ਹੋਏ, ਦੈਨ ਓਨਲੀ ਮੂਵਮੈਂਟ ਜਿਹੜੀ ਹੈਗੀ ਉਹ ਕੀਤੀ ਜਾਵੇ। ਅਦਰਵਾਈਜ਼ ਜੇ ਗਵਰਨਮੈਂਟ ਇਸ ਨੂੰ ਇਨਫੋਰਸਮੈਂਟ, ਜਿਵੇਂ ਆਪਾਂ 2-3 ਦਿਨ ਪਹਿਲਾਂ ਵੀ ਸਖਤੀ ਨਾਲ ਕੀਤਾ ਸੀਗਾ, ਕਾਫੀ ਬੰਦਿਆਂ ਨੂੰ ਆਪਾਂ ਚੱਕਿਆ ਸੀਗਾ,
उस तरह की सख्ती असी किसी के नाल जनरली नहीं करना चाहते क्योंकि ये असं यही सोचते कि लोगों का सानू सपोर्ट मिले ना कि असी लोगों को जबरदस्ती इन चीज़ों को समझाइए। सोशल मीडिया के जो अफवाह फैला रहे थे उन्होंने खिलाफ कार्रवाई की गई है कि टू बी वेरी फ्रेंक असी कल ही ये वाला डिसीजन लिया सीगा कि कुछ एक सोशल मीडिया से काफ़ी अफवाह जिहड़ियां हैगियां उड़ाइया जा रही उन्होंने प्रॉपरली इन्वेस्टिगेट किया जाए और उन्होंने बंदियों के खिलाफ कार्रवाई की जाए। अभी मैं हाले वो रिपोर्ट जी है पुलिस को लेना मेरी रह गई हैगी बट मैं इनफॉर्मेशन लेके असी मीडिया में रिलीज़ कर देवे कि एफ आई आर जी है वो असी रूमर फैलाने वाले के अगेंस्ट की है। सर एक काफ़ी लुधियाने के ना होस्पिटल बंद पे हैं जी आज गवर्नमेंट की तरफ से बाकायदा ऑर्डर जो है वो कर दिया गया है और सारे हॉस्पिटलों को कहा गया है कि अपनी सारी सर्विसेज जिहड़ियां हैगियां उन्होंने बहाल रखन और जे कोई विदेश च पक्का होना कारोबार दा ना चलना सिर्फ 31 घंटिया विच समाधान फ्री 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 मियां रफीक मोहम्मद मोबाइल 84374 94647 84374 94648।